ਰਾਜੂਆਣ ਦੀ ਸਜ਼ਾ ਜਿਹੜੀ ਚੇਂਜ ਹੋਈ ਹੈ, ਰਾਜੂਆਣ ਦੀ ਸਜ਼ਾ ਚੇਂਜ ਹੋਈ ਹੈ, ਪਹਿਲਾਂ ਫਾਂਸੀ ਦੀ ਸਜ਼ਾ ਤੋਂ ਕਿਹੜਾ ਚੇਂਜ ਕੀਤਾ, ਉਮਰ ਕੈਦ ਦੀ ਸਜ਼ਾ ਕਿਵੇਂ ਦੇਖਦੇ ਹੋ ਤੁਸੀਂ? ਮੈਂ ਦੇਖਦਾ ਵੀ ਆ ਸਿੱਧਾ ਸਿੱਧਾ ਜਿਹੜਾ ਇੱਕ ਸੁਨੇਹਾ ਧਲਾਇਆ ਅਕਾਲੀ ਦਲ ਨੂੰ ਵੀ ਤੁਹਾਡਾ ਨੰਬਰ ਹੁਣ ਲੱਗਣ ਵਾਲਾ ਹੈ। ਇਹਨਾਂ ਨੂੰ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਚੱਕ ਕੇ ਬਾਹਰ ਸਿੱਟਿਆ, ਅੱਜ ਬੀਜੇਪੀ ਇੱਥੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਪੰਜਾਬ ਦੇ ਅੰਦਰ। ਪਰ ਮੇਰੀ ਇੱਕ ਗੁਜ਼ਾਰਿਸ਼ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਦੇਸ਼ ਦੇ ਗ੍ਰਹਿ ਮੰਤਰੀ ਹੈ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਦੇਖੋ ਜੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵੋਟ ਤੁਹਾਨੂੰ ਚਾਹੀਦੇ ਹੈ ਤਾਂ ਸਭ ਇਸ ਤਰ੍ਹਾਂ ਸਾਡੇ ਨਾਲ ਮਜ਼ਾਕ ਨਾ ਕਰੋ। ਸਾਨੂੰ ਤਾਂ ਤੁਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਦਿਓ, ਫਿਰ ਵੋਟਾਂ ਦੇ ਦੇਵਾਂਗੇ। 70,000 ਨੌਕਰੀ ਦੇਣ ਦੀ ਗੱਲ ਤਾਂ ਕਸ਼ਮੀਰ 'ਚ ਕਰਦੇ ਹੈ, ਇੱਥੇ ਆ ਕੇ ਮਾਫੀਆਂ ਦੀ ਗੱਲ ਕਰਦੇ ਹੈ। ਲੋਕਾਂ ਨੂੰ, ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਹੈ, ਜੇ ਪੰਜਾਬ ਦੀ ਭਲਾਈ ਹੈ ਕਰਨਾ ਚਾਹੁੰਦੇ ਹੈ, ਪੰਜਾਬ ਦੇ ਲੋਕਾਂ ਨੂੰ ਬੀਜੇਪੀ ਨਾਲ ਜੋੜਨਾ ਚਾਹੁੰਦੇ ਹੈ ਤਾਂ ਚਿੱਟੇ ਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਨ ਵੀ ਚਿੱਟਾ ਕਿੱਥੇ, ਚਿੱਟੇ ਦੇ ਵਿੱਚ ਇਹਨਾਂ ਦੀ ਭਾਗੀਦਾਰੀ ਹੈ ਕਿ ਨਹੀਂ। ਉਹੀ ਅਮਿਤ ਸ਼ਾਹ ਜੀ ਹੈ ਜਿਨ੍ਹਾਂ ਨੇ ਕਿਹਾ ਸੀ ਮੈਂ ਅੰਮ੍ਰਿਤਸਰ ਤੋਂ ਪੂਰੇ ਪੰਜਾਬ ਦੀ ਨਸ਼ੇ ਦੇ ਖਿਲਾਫ਼ ਵਿਰੋਧ ਯਾਤਰਾ ਚਾਲੂ ਕਰੂੰਗਾ। ਅੱਜ ਉਹਨਾਂ ਦੇ ਨਾਲ ਭਾਈਵਾਲ ਹੈ। ਆਹ ਗੱਲ ਅਮਿਤ ਸ਼ਾਹ ਜੀ ਨੂੰ ਇੱਥੇ ਬੀਜੇਪੀ ਦੇ ਪ੍ਰਧਾਨ ਨੂੰ ਇੱਥੇ ਆ ਕੇ ਕਲੀਅਰ ਕਰਨੀ ਪਊਗੀ, ਉਹਦੇ ਬਾਅਦ ਪੰਜਾਬੀਆਂ ਨੇ ਮੂੰਹ ਲਾਉਣਾ, ਨਹੀਂ ਇਹਨੇ ਗੱਲਾਂ ਨਾਲ ਲੋਕਾਂ ਨੂੰ ਪ੍ਰਮਾਣ ਨਾ। ਰਾਜੂਆਣ ਦੀ ਫਾਂਸੀ ਸਜ਼ਾ ਨੂੰ ਲੈ ਕੇ ਸਵਾਲ ਉਠਾ ਰਹੀ ਹੈ ਕਾਂਗਰਸ, ਕਹਿ ਰਹੀ ਹੈ ਕਿ ਉਹ ਨਹੀਂ ਬਾਹਰ ਹੋਣਾ ਚਾਹੀਦਾ, ਕੱਲ੍ਹ ਨੂੰ ਉਹ ਰਿਹਾ ਵੀ ਹੋਊਗਾ। ਹਿਊਮੈਨੀਟੇਰੀਅਨ ਗਰਾਊਂਡ ਹੈ, ਜਿਹੜੇ ਇਨਸਾਨ ਨੇ ਆਪਣੀ ਸਜ਼ਾ ਕੱਟ ਲਈ ਹੈ, ਜਿਹੜੇ ਸਜ਼ਾ ਹੀ ਕੱਟ ਲਈ ਹੈ, ਜੇ ਕਿਸੇ ਨੂੰ ਉਮਰ ਕਿਸੇ ਨੇ ਕਤਲ ਕੀਤਾ ਹੈ 15 ਸਾਲ ਦੀ ਸਜ਼ਾ ਹੋ ਗਈ, ਜੇ ਉਹ 20 ਸਾਲ ਕੱਟ ਲਏ ਉਹਨੂੰ ਕੌਣ ਰੱਖਣ ਵਾਸਤੇ, ਜੇ ਰਿਹਾਅ ਕਰਨ ਵਾਸਤੇ ਕੋਈ ਮਾੜੀ ਗੱਲ? ਆਹ ਕਾਂਗਰਸ ਦੀ ਨੀਤੀ ਰਹੀ ਹੈ। ਆਹ ਤਾਂ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਜੋ ਲਗਾਤਾਰ ਬਾਦਲ ਸਾਹਿਬ ਨੇ ਲੜਾਈ ਲੜੀ, ਆਪਣੇ ਜੋ ਚੀਫ ਮਿਨਿਸਟਰ ਸੀ ਉਦੋਂ ਵੀ ਲਗਾਤਾਰ ਪ੍ਰਧਾਨ ਨਾਲ ਸਾਰਿਆਂ ਨਾਲ ਮਿਲ ਕੇ, ਅਤੇ ਅੱਜ ਜੋ ਕਾਫੀ ਕੁਛ ਕੌਮ ਦੀ ਜੋ ਗੱਲ ਸੀ ਕਿ ਜਿਹੜੇ ਲੋਕ ਇਮੋਸ਼ਨਲ ਹੋ ਕੇ ਉਸ ਟਾਈਮ ਸਮਾਂ ਇਹੋ ਜਿਹਾ ਸੀ ਜਦੋਂ ਗਾਂਧੀ ਪਰਿਵਾਰ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਂ ਪਣ ਹਮਲਾ ਕੀਤਾ, ਸੋ ਲੋਕ ਇਮੋਸ਼ਨਲ ਹੋ ਗਏ ਸੀ। ਚਲੋ ਉਹਨਾਂ ਤੋਂ ਕੁਛ ਗਲਤੀਆਂ ਹੋ ਗਈਆਂ ਅਤੇ ਉਹਨਾਂ ਨੇ ਸਜ਼ਾ ਭੁਗਤ ਲਈਆਂ, ਹੁਣ ਜਿਹੜੀ ਭੁਗਤ ਲਈਆਂ ਉਹਨਾਂ ਨੂੰ ਛੱਡਣਾ ਹਿਊਮੈਨਿਟੀ ਕਾਉਂਸਲ।